ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਹੁਣ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ, ਜਿਸ ਦੇ ਚੱਲਦੇ ਥਰਮਲ ਪਲਾਂਟ ਮੁਲਾਜ਼ਮਾਂ ਨੇ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਤੇ ਉੱਥੇ ਇਸ ਲੜਾਈ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਕੋਟਕਪੁਰਾ ਦੇ ਵਿਧਾਇਕ ਕੁਲਤਾਰ ਸਿੰਘ ਇਹਨਾਂ ਮੁਲਾਜ਼ਮਾਂ ਦਾ ਸਾਥ ਦੇਣ ਲਈ ਧਰਨੇ ਵਿੱਚ ਬੈਠੇ। ਉਹਨਾਂ ਨੇ ਕਿਹਾ ਕਿ ਅਸੀਂ ਹਰ ਸਮੇਂ ਇਹਨਾਂ ਮੁਲਾਜ਼ਮਾਂ ਦੇ ਹੱਕ ਵਿੱਚ ਖੜੇ ਹਾਂ ਤੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਇੱਕ ਠੱਗ ਆਦਮੀ ਕਰਾਰ ਦਿੱਤਾ, ਕਿਉਂਕਿ ਉਹਨਾਂ ਨੇ ਕਿਸਾਨ ਮਜ਼ਦੂਰਾਂ ਉੱਤੇ ਮੁਲਾਜ਼ਮਾਂ ਦੇ ਨਾਲ ਝੂਠੇ ਵਾਅਦੇ ਕਰਕੇ ਉਹਨਾਂ ਨਾਲ ਠੱਗੀ ਕੀਤੀ ਹੈ। ਨਾਲ ਹੀ ਉਹਨਾਂ ਨੇ ਥਰਮਲ ਪਲਾਂਟ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਚੁੱਕਣ ਦੀ ਗੱਲ ਕਹੀ। ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ, ਮੈਂ ਇੰਪਲਾਈ ਫੈਡਰੇਸ਼ਨ ਥਰਮਲ ਬਠਿੰਡਾ ਦਾ ਪ੍ਰੈਜ਼ੀਡੈਂਟ ਹੈ ਤੇ ਜੁਆਇੰਟ ਫੋਰਮ ਦਾ ਆਗੂ ਆ ਪੰਜਾਬ ਦਾ ਜੀ। ਔਰ ਜਿਹੜਾ ਇਹ ਧਰਨਾ ਅੱਜ ਅਸੀਂ ਲਾਇਆ ਹੈ, ਇਹ ਬਠਿੰਡਾ ਥਰਮਲ ਪਲਾਂਟ ਨੂੰ ਅਤੇ ਰੋਪੜ ਥਰਮਲ ਪਲਾਂਟ ਨੂੰ, ਬਠਿੰਡਾ ਥਰਮਲ ਪਲਾਂਟ ਨੂੰ ਪੱਕੇ ਤੌਰ ਦੇ ਉੱਤੇ ਜਿਹੜਾ ਇਹਨੂੰ ਜਬਰੀ ਰਿਟਾਇਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਫੈਸਲਾ ਗਲਤ ਹੈ, ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਹੀ ਇੱਥੇ 750 ਕਰੋੜ ਰੁਪਇਆ ਜਿਹੜਾ ਇਹਦੀ ਰੈਨੋਵੇਸ਼ਨ 'ਤੇ ਲਾਇਆ, ਔਰ ਅੱਜ ਇਹ ਸਸਤੀ ਬਿਜਲੀ ਪੈਦਾ ਕਰਦਾ ਹੈ ਔਰ ਬਠਿੰਡਾ ਥਰਮਲ ਦੇ ਕਾਰਨ ਹੀ ਸ਼ਹਿਰ ਨੂੰ 24 ਘੰਟੇ ਬਿਜਲੀ ਸਪਲਾਈ ਮਿਲਦੀ ਹੈ ਔਰ ਹੁਣ ਇਹਦਾ ਪ੍ਰਦੂਸ਼ਣ ਵੀ ਕੋਈ ਹੈ ਨੀਗਾ। ਅਤੇ ਐਵੇਂ ਜਾਣ ਬੁੱਝ ਕੇ ਜਿਹੜੀ ਹੈ ਪੰਜਾਬ ਸਰਕਾਰ ਆਂਡੇ ਮਾਂਡੇ ਦੀ ਜ਼ਮੀਨ ਆ ਜਿਹੜੀ ਉਹ ਸ਼ਹਿਰੀ ਹੋਣ ਕਰਕੇ ਬਹੁਤ ਕੀਮਤੀ ਹੈ, ਉਹਨੂੰ ਹੜੱਪਣਾ ਚਾਹੁੰਦੀ ਹੈ। ਐਵੇਂ ਝੂਠੇ ਬਹਾਨੇ ਬਣਾ ਕੇ ਜਿਹੜਾ ਜਾਣ ਬੁੱਝ ਕੇ ਇਹਨੂੰ ਗਲਤ ਤੌਰ ਦੇ ਉੱਤੇ ਬੰਦ ਕੀਤਾ ਜਾ ਰਿਹਾ, ਜਿਹਨੂੰ ਅਸੀਂ ਬਿਲਕੁਲ ਹੀ ਬੰਦ ਕਰਦੇ ਹਾਂ। ਸਰ, ਤੁਹਾਡਾ ਨਾਮ ਕੀ ਹੈ ਜੀ? ਕੁਲਤਾਰ ਸਿੰਘ ਸੰਧਵਾਲ, ਵਿਧਾਇਕ ਹੈ ਕੋਟਪੂਰੇ ਤੋਂ, ਆਮ ਆਦਮੀ ਪਾਰਟੀ। ਅਤੇ ਅੱਜ ਸਰ ਤੁਸੀਂ ਇਸ ਧਰਨੇ 'ਚ ਪਹੁੰਚੇ ਹੋ, ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਇਹ ਸਰਾਸਰ ਧੱਕਾ ਹੈ, ਬਿਲਕੁਲ ਬਹੁਤ ਵਧੀਆ ਚੱਲਦਾ ਹੋਇਆ ਸੈਟਅਪ ਹੈ ਜਿਹੜਾ ਥਰਮਲ ਪਲਾਂਟ ਹੈ, ਬਹੁਤ ਵਧੀਆ ਚੱਲ ਰਿਹਾ। ਇਹਨੂੰ ਸਿਰਫ ਅਤੇ ਸਿਰਫ ਕਰਪਸ਼ਨ ਕਰਕੇ ਪ੍ਰਾਈਵੇਟ ਅਦਾਰਿਆਂ ਦੀ ਪ੍ਰਮੋਸ਼ਨ ਕਰਨ ਵਾਸਤੇ ਇਹਨੂੰ ਬੰਦ ਕੀਤਾ ਜਾ ਰਿਹਾ। ਪੰਜਾਬ ਦੇ ਲੋਕਾਂ ਦੇ ਲੱਤ ਮਾਰੀ ਜਾ ਰਹੀ, ਇਹਨਾਂ ਰੁਜ਼ਗਾਰ ਮਿਲਿਆ ਹੋਇਆ 8-9 ਹਜ਼ਾਰ ਲੋਕ ਨੇ ਜਿਹਨਾਂ ਰੁਜ਼ਗਾਰ ਮਿਲਿਆ ਹੋਇਆ, ਇਹ ਬਹੁਤ ਧੱਕਾ। ਔਰ ਆਮ ਆਦਮੀ ਪਾਰਟੀ ਇਹਦਾ ਪੂਰਾ ਵਿਰੋਧ ਕਰੇਗੀ ਔਰ ਬੰਦ ਨਹੀਂ ਹੋਣ ਦੇਗੀ। ਜਿਹੜੇ ਸਰ ਬੇਰੁਜ਼ਗਾਰ ਪਰਿਵਾਰ ਹੋ ਜਾਣਗੇ ਤੇ ਉਹਨਾਂ ਬਾਰੇ ਤੁਹਾਡੀ ਪਾਰਟੀ ਦਾ ਕੀ ਐਕਸ਼ਨ ਹੋਊਗਾ ਸਰ? ਅਗਲਾ, ਅਸੀਂ ਬੇਰੁਜ਼ਗਾਰ ਹੋਣੇ ਨਹੀਂ ਦੇਣਾ, ਅਸੀਂ ਬੰਦ ਨਹੀਂ ਹੋਣ ਦੇਣਾ। ਇਹਨੂੰ ਪੰਜਾਬ ਦੇ ਵਿੱਚ ਅਸੀਂ ਲਹਿਰ ਬਣਾਵਾਂਗੇ, ਮੁਹਿੰਮ ਬਣਾਵਾਂਗੇ, ਵਿਧਾਨ ਸਭਾ ਦੇ ਵਿੱਚ ਚੱਕਾਂਗੇ, ਅਸੀਂ ਇਹ ਬੰਦ ਨਹੀਂ ਹੋਣ ਦੇਵਾਂਗੇ, ਅਸੀਂ ਬੇਰੁਜ਼ਗਾਰ ਹੋਣ ਨਹੀਂ ਦੇਣੇ। ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ A1 ਹੈਲਥ ਕੇਅਰ, ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ A1 ਮਿਊਜ਼ਿਕ, ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ A1 ਪੰਜਾਬੀ ਟੀਵੀ, ਐਂਡ ਫੋਰ ਆਲ ਅਪਡੇਟਡ ਨਿਊਜ਼ please subscribe A1 News.